ਫੜਜੀ ਰੁਪੜਜੀ ਹੋਣ ਲੱਗ ਜਾਂਦੀ ਹੈ। ਫਿਰ ਜਦੋਂ ਜਾਂਦੇ ਪਹਿਲਾਂ ਕੋਲਡ ਡਰਿੰਕ ਜੂਸ ਹੁੰਦਾ ਸੀ, ਜਦੋਂ ਫੁੱਫੜ ਬਣ ਜਾਂਦਾ ਕੋਈ ਚੱਜ ਨਾਲ ਸਹੁਰੇ ਬੁਲਾਉਂਦਾ ਨੀ ਹੁੰਦਾ, ਜਾਂਦਾ ਜਾ ਕੇ ਕਹਿੰਦੀ ਹੈ, ਅੱਗੋਂ ਸੱਸ ਵੀ ਕਹਿੰਦੀ ਪੁੱਤ ਮੰਜਾ ਖਿੱਚ ਲਾ, ਨਾਲੇ ਆਪ ਪਾਣੀ ਪੀ ਲਾ, ਨਾਲੇ ਮੈਨੂੰ ਪਿਆ ਦੇਖ ਦੇ। ਕਹਿੰਦੇ ਜਦੋਂ ਦੇ ਬਣ ਗਏ ਫੁੱਫੜ ਸਹੁਰੇ ਰੱਖਣੋਂ ਹਟ ਕੇ ਕੁੱਕੜ, ਜਦੋਂ ਦੇ ਬਣ ਗਏ ਫੁੱਫੜ ਸਹੁਰੇ ਰੱਖਣੋਂ ਹਟ ਕੇ ਕੁੱਕੜ, ਘਰ ਦਾ ਇਲਾਜ ਕਰਾਇਆ ਬਿਮਾਰ ਰਹਿੰਦੇ ਨੇ ਨਿਆਣੇ ਨੀ, ਪਿਛਲੀ ਉਮਰੇ ਫੁੱਫੜ ਜੀ ਨੂੰ ਕੋਈ ਡੇਲਿਆ ਵਟੇ ਨਾ ਸਿਆੜੇ ਦੀ, ਫਿਰ ਕਦਰ ਘੱਟ ਚੜੀ ਜਾਂਦੀ ਹੈ, ਜਿੰਨਾ ਚਿਰ ਪ੍ਰਾਹੁਣਾ ਹੁੰਦਾ ਕਦਰ ਉਹਦੀ ਹੋਈ। ਸੋ ਮਾਹੌਲ ਖੁਸ਼ੀ ਸੁਣੇ ਦਾ ਇੱਕ ਗਰੁੱਪ ਐਂਟਰੀ ਬਿਲਕੁਲ ਤਿਆਰ ਹੈ। ਕਹਿੰਦੇ ਦੁਨੀਆਂ ਦਾ ਮਾਲ ਭਾਈ ਗੁੱਸਾ ਨਹੀਂ ਕਰਨਾ, ਨਹੀਂ ਕਿਸੇ ਵੀ ਗੱਲ ਦਾ ਲਿਖਣ ਵਾਲੇ ਲਿਖਤਾ ਮੈਂ ਤਾਂ ਸੁਣਾਤਾ। ਕਹਿੰਦੇ ਦੁਨੀਆਂ ਦਾ ਮਾਲ ਜਦ ਵੰਡਣ ਲੱਗਿਆ ਸੀ ਦਾਤਾ, ਪੰਡਿਤ ਟੱਲੀਆਂ ਲੈ ਗਏ ਬਾੜੀਏ ਹੱਟ ਲੈ ਗਏ। ਦੁਨੀਆਂ ਦਾ ਮਾਲਕ ਜਦ ਵੰਡਣ ਲੱਗਾ ਸੀ ਦਾਤਾ, ਪੰਡਿਤ ਟੱਲੀਆਂ ਲੈ ਗਏ ਸੇਠ ਹੱਟ ਲੈ ਗਏ। ਨਾਈਆਂ ਮੰਗਦੇ ਮਰਗਾਂ ਦੇ ਬੈਣ ਪਾਉਣੇ ਤੇ ਕਮਿਆਰ ਮਿੱਟੀ ਦੇ ਮੱਗ ਲੈ ਗਏ। ਸਾਧੂ ਸੰਤਾਂ ਤੇ ਫੱਕਰ ਲੋਕਾਂ ਨੇ ਮੰਗਾ ਸਤਸੰਗ ਤੋਂ ਅਮਰ ਤੇ ਚੈਣ ਤੇ ਠੱਗ ਕਈਆਂ ਦਾ ਖਾਣਾ ਹੱਕ ਲੈ ਗਏ। ਸੂਈ ਸਲਾਈ ਤੇ ਕੈਂਚੀ ਬਖਸ਼ੀ ਸ਼ੀਪਿਆਂ ਨੂੰ ਤੇ ਝੋਲ ਦਾਣੇ ਭੁੰਨਣ ਵਾਲਾ ਭੱਠ ਲੈ ਗਏ ਤੇ ਲੱਕੀ ਸ਼ਾਹ ਜੋ ਬੱਚੀਆਂ ਕਈਆਂ ਰੰਬੇ ਤੇ ਦਾਤੀਆਂ ਕੁਝ ਮਜ਼ਬੀ ਲੈ ਗਏ ਤੇ ਕੁਝ ਜੱਟ ਲੈ ਗਏ। ਇੱਥੇ ਆ ਕੇ ਗੱਲ ਮੁੱਕ ਗਈ। ਸੇਠ ਜੀ ਸਹੀ ਪਿਆ ਚਾਟ ਖਾ ਲਿਓ ਕੱਲੀ। ਹਾਂ ਪੁੱਛੀ ਮੰਮੀ ਲੜਕ ਜਦੋਂ ਸੇਠ ਜੱਟਾਂ ਦੇ ਵਿਆਹ ਚ ਟੱਕਰ ਗਏ, ਮਾਈ ਉਹਨੂੰ ਆਏ ਮਿਲਦੀ ਜਿਵੇਂ ਜੀਜਾ ਸਾਲੀ ਨੂੰ ਮਿਲਦਾ ਹੁੰਦਾ। ਸੇਠ ਪਿੰਡ ਚ ਰਹਿੰਦਾ ਸੀ, ਸੇਖਪੁਰ ਵਾਲੇ ਇਹ ਵੀ ਪਿੰਡ ਚ ਹੀ ਰਹਿੰਦਾ ਮੈਨੂੰ ਲੱਗਦਾ, ਪਿੰਡ ਚ ਰਹਿੰਦਾ। ਉਹਨੇ ਦੋ ਮਰਲੇ ਜ਼ਮੀਨ ਲੈ ਲਈ। ਸੇਠ ਦੀ ਘਰ ਵਾਲੀ ਆਖੇ ਜੀ ਰੇਹਾਂ ਸਪਰੇ ਵਾਲੀ ਕਣਕ ਹੈ ਤੇ ਆਪਾਂ ਵੀ ਨਵੇਂ ਜਵਾਨੀ ਦੀ ਖੇਤੀ ਕਰਾਂਗੇ, ਆਪਾਂ ਵੀ ਘਰੇ ਸਬਜ਼ੀ ਲਾਵਾਂਗੇ, ਸਿਆਲਾਂ ਦੇ ਦੇਣਾ ਆ ਗਏ। ਸੇਠ ਮੰਡੀ ਗਿਆ, ਮੌੜ ਮੰਡੀ ਜਾ ਕੇ ਆਲੂ ਲਿਆ, ਗੰਢੇ ਲਿਆ ਤੇ ਸੇਠ ਦੇ ਘਰ ਵਾਲੀ ਵਿੱਤ ਪਾਣੀ ਪਾਵੇ, ਗੰਢੇ ਭੂਕਾ ਕੱਢਿਆ, ਆਲੂ ਅੰਜਣੇ ਹੋ ਗਏ। ਮਹੀਨੇ ਦੋ ਮਹੀਨਿਆਂ ਬਾਅਦ ਸੇਠ ਦੇ ਘਰ ਵਾਲੀ ਆਦੀ ਭਲਿਆ ਲੋਕਾ ਆਪਣੇ ਨਾਲ ਤਾਂ ਠੱਗੀ ਵੱਜ ਗਈ, ਇਹਨਾਂ ਦੇ ਕੁਝ ਲੱਗੇ ਹੀ ਨਹੀਂ, ਬੀ ਮਾੜਾ ਦੇਤਾ ਤੇ ਸੇਠ ਜਨਾਨੀ ਦਾ ਚੱਕਿਆ ਚੁਕਾਇਆ। ਜਾ ਕੇ ਸ਼ਹਿਰ ਵਾਲੇ ਸੇਠ ਦੇ ਗੱਲ ਪੈ ਗਿਆ, ਕਹਿੰਦਾ ਤੈਨੂੰ ਠੱਗਣ ਨੂੰ ਮਾਈ ਮਿਲਿਆ ਸੀ, ਕੱਖ ਨਹੀਂ ਲੱਗਿਆ, ਬੀ ਮਾੜਾ ਦੇਤਾ। ਹੁਣ ਸ਼ਹਿਰ ਵਾਲਾ ਸੇਠ ਕਹਿੰਦਾ ਵੀ 40 ਪਿੰਡਾਂ ਦੇ ਜ਼ਿਮੀਦਾਰ ਮੈਥੋਂ ਬੀ ਲੈ ਕੇ ਜਾਂਦੇ ਆ, ਬੀ ਮਾੜਾ ਹੋ ਨਹੀਂ ਸਕਦਾ। ਘਰੇ ਆ ਗਿਆ ਤੇ ਸੇਠ ਦੀ ਘਰ ਵਾਲੀ ਆਦੀ ਲਾਂਭਾ ਮੰਨਿਆ, ਕਹਿੰਦਾ ਕਿੱਥੇ ਭਲੀਏ ਲੱਗੇ, ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਗੁੱਸੇ ਵਿੱਚ ਆ ਕੇ ਸੇਠ ਨੇ ਆਲੂ ਕੁੱਟਿਆ, ਥੱਲੇ ਆਲੂ ਲੱਗੇ ਪਏ, ਗੰਢਾ ਪੱਟਿਆ ਥੱਲੇ ਗੰਢਾ ਲੱਗਿਆ ਪਿਆ। ਫਿਰ ਸੇਠ ਦੇ ਘਰ ਵਾਲੀ ਸੇਠ ਨੂੰ ਕਹਿੰਦੀ ਹੈ, ਕਹਿੰਦੀ ਜੜਾ ਪੱਟੀਆਂ ਵਾਲਿਆ ਤੇਰੀ ਬੁੱਧੀ ਨੇ ਆਪਣੇ ਨਹੀਂ ਕੰਮ ਕੀਤਾ, ਸਾਰੇ ਬੀ ਪੁੱਠੇ ਲਾ ਤੂੰ। ਐਂ ਹੁੰਦੇ ਅਸੀਂ ਸਾਲੇ ਗੱਲ ਮੈਂ ਸੁਣਾ ਦੂੰ। ਉਹ ਪੰਜਾਬੀ ਦੇ ਦੋ ਮਤਬਾਂ ਨਿਕਲਦੇ ਆ। ਹਾਂਜੀ, ਇੱਕ ਸੇਠ ਇਹਨਾਂ ਦਾ ਇੱਕ ਪਹਿਲੀ ਗੱਲ ਹੈ ਜੀ, ਸੇਠਾਂ ਦਾ ਆਪਦਾ ਫੈਮਿਲੀ ਡਾਕਟਰ ਹੁੰਦਾ, ਇੱਕੇ ਡਾਕਟਰ ਕੋਲੇ ਜਾਂਦੇ ਆ। ਸੇਠ ਬਿਮਾਰ ਪੈ ਗਿਆ, ਦਵਾਈ ਲਿਆ ਤੇ ਸੇਠ ਦੀ ਘਰ ਵਾਲੀ ਪੁੱਛਦੀ ਹੈ ਭਲੇ ਲੋਕਾਂ ਕੀ ਦੱਸਿਆ ਡਾਕਟਰ ਨੇ, ਕਹਿੰਦਾ ਡਾਕਟਰ ਨੇ ਆਖਿਆ ਖੋਸੇ ਦੇ ਦੁੱਧ ਨਾਲ ਦੋ ਕੁੜੀਆਂ ਲੈ ਕੇ ਸ਼ਾਂਤੀ ਨਾਲ ਪੈਣਾ, ਕਹਿੰਦਾ ਅੱਜ ਮੇਰਾ ਰੋਗ ਤੁਰਦਾ ਤੁਰਦਾ ਟੁੱਟ ਜੂ, ਅੱਜ ਤੂੰ ਕੰਮ ਵਾਲੀ ਨੂੰ ਨਾ ਜਾਣ ਦੇ, ਲਫੁੱਟਾਂ ਦਾ ਉਹਦਾ ਨਾ ਸ਼ਾਂਤੀ ਸੀ। ਉਹ ਤੋਂ ਬਾਅਦ ਸੇਠ ਦੇ ਘਰ ਵਾਲੀ ਬਿਮਾਰ ਪੈ ਗਈ, ਉਸੇ ਫੈਮਿਲੀ ਡਾਕਟਰ ਕੋਲ ਉਹ ਬੱਚੀ, ਮਹੀਨੇ ਬਾਅਦ ਉਹ ਵੀ ਦਵਾਈ ਲਿਆਈ। ਫਿਰ ਸੇਠ ਘਰ ਵਾਲੀ ਨੂੰ ਪੁੱਛਦਾ ਵੀ ਕੀ ਦੱਸਿਆ, ਕਹਿੰਦੀ ਉਹੀ ਰੋਗ ਬੱਕਰੀ ਨੂੰ ਉਹੀ ਪਠੋੜੇ ਨੂੰ, ਕਹਿੰਦੀ ਡਾਕਟਰ ਨੇ ਮੈਨੂੰ ਵੀ ਦੱਸਿਆ ਵੀ ਦੋ ਗੋਲੀਆਂ ਕੋਸੇ ਦੁੱਧ ਨਾਲ ਲੈ ਕੇ ਰਾਵਣਾ ਪੈ ਜੀ, ਕਹਿੰਦੀ ਅੱਜ ਰੋਗ ਮੇਰਾ ਵੀ ਟੁੱਟ ਜੂ, ਤੂੰ ਮਣੀ ਨੂੰ ਨਾ ਜਾਣ ਦੇਂਦੀ। ਸੋ ਧੰਨਵਾਦ ਨਾਲ ਹੀ ਅਸੀਂ ਇੱਕ ਗਰੁੱਪ ਇੰਟਰਵਿਊ ਆ ਜਾ, ਤੁਸੀਂ ਪੁੱਛਣਾ ਸੀ ਆ ਜਾ।